ਆ ਗਿਆ ਜੀ ਹਰਿਆਣਾ ਬਾਰਡਰ। ਇਹ ਸੀ ਲਾਸਟ ਪਿੰਡ ਹਰਿਆਣੇ ਦਾ। ਗਾਇਸ ਪੰਜਾਬ ਚ ਐਂਟਰ ਹੁੰਦੇ ਹੀ ਪਤਾ ਚੱਲਿਆ ਕਿ ਅੱਗੇ ਧਰਨਾ ਲੱਗਿਆ ਹੋਇਆ ਹੈਗਾ ਬੋਹਾ ਕਿਸਾਨਾਂ ਦਾ, ਕਹਿੰਦੇ ਰੋਡ ਬਲੋਕ ਹੋ ਰਿਹਾ। ਲੈਟਸ ਚੈੱਕ ਇਟ ਆਊਟ। ਆ ਲਓ ਜੀ, ਹੁਣ ਹੀ 5 ਮਿੰਟ ਪਹਿਲਾਂ ਹੋਇਆ ਕਹਿੰਦੇ ਧਰਨਾ। ਜੀ ਗੁੱਡ ਮੋਰਨਿੰਗ, ਕੀ ਹਾਲ ਹੈ ਜੀ ਸਾਰਿਆਂ ਦਾ? ਅੱਜ ਆ ਗਿਆ ਜੀ ਨੈਕਸਟ ਡੇ 16th April, ਕੱਲ੍ਹ ਸੀ 15th April ਮੇਰਾ ਬਰਥਡੇ, ਅੱਜ ਹੈ 16 ਨੂੰ ਮੇਰੀ ਮੰਮੀ ਦਾ ਬਰਥਡੇ। ਤੋ ਸਾਰੇ ਮੰਮੀ ਵੀ ਵਿਸ਼ ਕਰ ਦਿਓ ਕਮੈਂਟਸ ਦੇ ਵਿੱਚ ਜਾ ਕੇ। ਅਤੇ ਅੱਜ ਹੈ ਪਰ ਮੈਂ ਅਫਸੋਸ ਕਿ ਮੈਂ ਆਪਣਾ ਬਰਥਡੇ ਜਾਂ ਮੰਮੀ ਦਾ ਬਰਥਡੇ ਫੈਮਿਲੀ 'ਚ ਨਹੀਂ ਮਨਾ ਸਕਿਆ। ਇਹੀ ਤਾਂ ਹੈ ਸਾਡੇ ਸਪੋਰਟਸ ਮੈਨ ਦੀ ਲਾਈਫ, ਜਾਂ ਤਾਂ ਕੋਈ ਬਰਥਡੇ ਕੋਈ ਵੀ ਫੰਕਸ਼ਨ ਹੋਵੇ, ਘਰ ਕਿਸੇ ਦਾ ਵਿਆਹ ਹੋਵੇ, ਕੁਛ ਹੋਵੇ, ਅਸੀਂ ਬਾਹਰ ਹੀ ਤੁਰੇ ਫਿਰਦੇ ਹੁੰਦੇ ਹਾਂ, ਕੁਛ ਨਹੀਂ ਇੰਜੋਏ ਕਰ ਸਕਦੇ। ਚਲੋ ਕੋਈ ਨਹੀਂ, ਖੈਰ ਛੱਡੋ ਉਹ ਗੱਲ ਨੂੰ। ਅੱਜ ਮੇਰਾ 2nd trial ਵੀ ਹੈ। ਫਸਟ ਟ੍ਰਾਇਲ ਤੁਸੀਂ ਦੇਖ ਹੀ ਲਿਆ ਸੀ, ਮਤਲਬ ਠੀਕ ਸੀ, ਅਤੇ ਅੱਜ 2nd trial ਦੇਖਦੇ ਹਾਂ ਕੀ ਬਣਦਾ। ਆਈ ਹੋਪ ਵਧੀਆ ਹੋਊਗਾ। ਮੈਂ ਮੇਰੇ ਵੱਲੋਂ ਆਪਣਾ ਬੈਸਟ ਦੇਣਾ, ਬਾਕੀ ਰੱਬ 'ਤੇ ਛੱਡਿਆ ਹੋਇਆ। ਚਲੀਏ ਜੀ ਬ੍ਰੇਕਫਾਸਟ ਕਰਨ। ਬ੍ਰੇਕਫਾਸਟ ਹੋ ਗਿਆ ਜੀ। ਆਹ ਦੇਖੋ ਮੈਂ ਬਹੁਤ ਘੈਂਟ ਚੀਜ਼ ਪੈਕ ਕਰਵਾ ਕੇ ਲਿਆਇਆ, ਤੁਹਾਨੂੰ ਦਿਖਾਊਂਗਾ। ਬਹੁਤ ਹੀ ਹੈਲਦੀ, ਮੈਨੂੰ ਵਧੀਆ ਲੱਗੀ। ਅਤੇ ਹੁਣ ਚੱਲਦੇ ਹਾਂ ਰੂਮ, ਰੂਮ 'ਚੋਂ ਚੱਕ ਕੇ ਸਮਾਨ ਚੱਲਣਾ ਪਰ ਰੇਂਜ। ਹਾਂਜੀ, ਮੈਚਿਸ ਹੋ ਗਈ ਜੀ ਖਤਮ। ਅੱਜ ਸੀ ਲਾਸਟ ਦਿਨ, ਅਤੇ ਅੱਜ ਸ਼ਾਮ ਹੋ ਗਈ, 9 ਵਜੇ ਮੇਰੀ ਟ੍ਰੇਨ ਹੈ ਇੱਥੋਂ ਰਾਜਧਾਨੀ, ਹੁਣ 9 ਵਜੇ ਚੱਲਣੀ ਹੈ ਟ੍ਰੇਨ। ਅਤੇ ਸਵੇਰੇ ਪਹੁੰਚਣਾ ਮੈਂ 5:30 ਦੇ ਕਰੀਬ ਦਿੱਲੀ, ਅਤੇ ਉੱਥੋਂ ਫਿਰ ਆਪਾਂ ਜਾਣਾ ਹੋਸਟਲ, ਹੋਸਟਲ ਤੋਂ ਕਾਰ ਲੈ ਕੇ ਸਿੱਧਾ ਜਾਣਾ ਘਰੇ। ਕੱਲ੍ਹ ਆਪਾਂ ਦੁਪਹਿਰ ਤੱਕ ਪਹੁੰਚ ਜਾਣਾ ਘਰੇ, ਕਰਦੇ ਹਾਂ ਹੋਟਲ ਤੋਂ ਚੈੱਕਆਊਟ, ਚੱਲਦੇ ਹਾਂ ਸਟੇਸ਼ਨ 'ਤੇ। ਅਗਲਾ ਮੈਚ ਤੁਸੀਂ ਦੇਖ ਹੀ ਲਿਆ ਹੋਣਾ, ਠੀਕ ਸੀਗਾ, ਪਹਿਲਾਂ ਨਾਲੋਂ ਬੈਟਰ ਸੀ, ਅੱਗੇ ਆਪਾਂ ਹੋਰ ਇੰਪਰੂਵ ਕਰਾਂਗੇ। ਚਲੋ ਜੀ ਮਿਲਦੇ ਹਾਂ ਹੁਣ ਆਪਾਂ ਸਟੇਸ਼ਨ। ਪਹੁੰਚ ਗਿਆ ਜੀ ਮੈਂ ਦਿੱਲੀ ਹੋਸਟਲ, ਨਹਾ ਧੋ ਕੇ ਰੈਡੀ ਹੋ ਗਿਆ, ਬ੍ਰੇਕਫਾਸਟ ਵੀ ਕਰ ਲਿਆ, ਅਤੇ ਹੁਣ ਚੱਲਦੇ ਹਾਂ ਘਰ ਨੂੰ ਪੰਜਾਬ ਗੱਡੀ ਲੈ ਕੇ। ਅਤੇ 6 ਘੰਟੇ ਦੀ ਡਰਾਈਵ ਕਰਨੀ ਹੈ। ਪਹਿਲਾਂ ਤਾਂ ਸਾਰੀ ਰਾਤ ਆਇਆ ਟਰੈਵਲ ਕਰਕੇ ਟ੍ਰੇਨ 'ਚ, ਹੁਣ ਫਿਰ ਦੁਬਾਰਾ 6 ਘੰਟੇ ਡਰਾਈਵ ਕਰਕੇ ਘਰ ਪਹੁੰਚਣਾ। ਚਲੋ ਫਿਰ ਦੇਖਦੇ ਹਾਂ ਕੀ ਬਣ।
ਚੈੱਕ ਕਰੋ ਜੀ ਹਾਈਵੇ ਕਿੰਨਾ ਵਧੀਆ ਦੇਖੋ, ਇਹ ਖਾਲੀ ਪਿਆ ਬਿਲਕੁਲ, ਨਵਾਂ ਬਣਿਆ ਨਾ ਇਸ ਕਰਕੇ ਇਹ ਪੂਰੀ ਸਮੂਥ ਰੋਡ। ਗੱਡੀ ਚ ਜੇ ਤੇਲ ਵੀ ਪਵਾਉਣਾ ਆਇਆ ਕਿਤੇ ਪੰਪ ਤਾਂ ਰੋਕਾਂਗੇ। ਜੇ ਐਵੇਂ ਹੀ ਸਾਰਾ ਰਸਤਾ ਹੋਵੇ ਨਾ ਘਰ ਤੱਕ ਮਜ਼ਾ ਹੀ ਆ ਜਾਵੇ, ਮੈਂ ਕਹਿੰਦਾ 5 ਘੰਟੇ 3 ਘੰਟੇ ਦੀ ਪਹੁੰਚ ਜੇ ਬੰਦਾ। ਅੱਗੇ ਜਾ ਕੇ ਵੀ ਵਧੀਆ ਰੋਡ ਹੈ, ਇੰਨਾ ਮਾੜਾ ਨਹੀਂ ਹੈਗਾ, ਠੀਕ ਹੈ, ਪਰ ਇਹਦੇ ਵਰਗਾ ਤਾਂ ਕਿਤੇ ਖਾਲੀ ਖਾਲੀ। ਤੇਲ ਪਵਾਉਣਾ ਆਪਾਂ ਹਰਿਆਣੇ ਚੋਂ, ਹਰਿਆਣੇ ਚੋਂ ਸਸਤਾ ਮਿਲਦਾ ਯਾਰ ਦਿੱਲੀ ਚੋਂ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਹਰਿਆਣੇ 'ਚ ਆਪਣਾ ਫਿਊਲ ਪੈਟਰੋਲ ਡੀਜ਼ਲ ਸਸਤਾ ਜਾਂ ਦਿੱਲੀ ਦੇ ਵਿੱਚ ਸਸਤਾ, ਕਿਉਂਕਿ ਮੈਨੂੰ ਪਤਾ ਨਹੀਂ, ਇਨਫੋਰਮੇਸ਼ਨ ਹੈ ਨਹੀਂ ਮੈਨੂੰ ਪ੍ਰੋਪਰ। ਅੱਗੇ ਪੰਪ ਆ ਗਈ ਸ਼ਾਇਦ, ਹਾਂ, ਅਤੇ ਤੂੰ ਤੇਲ ਪਵਾ ਲਈਏ। ਅੱਧਾ ਸਫ਼ਰ ਲੰਘ ਗਿਆ, 6 ਘੰਟਿਆਂ 'ਚੋਂ 3 ਘੰਟੇ ਲੰਘ ਗਏ ਅਤੇ 3:30 ਵਜੇ ਬਾਕੀ ਨੇ। ਕਾਫ਼ੀ ਲੰਬਾ ਸਫ਼ਰ ਹੈ, ਭੁੱਖ ਲੱਗੀ ਸੀ, ਮੈਂ ਸੋਚਿਆ ਕੇਲਾ ਖਾ ਲਈਏ ਇੱਕ। ਜਬ ਵੀ ਕਹੀਂ ਟਰੈਵਲ ਕਰਦੇ ਹੋ ਤੋ ਸਾਥ ਮੇਂ ਆਪ ਫਰੂਟ ਕੈਰੀ ਕਰ ਸਕਦੇ ਹੋ, ਕਿਉਂਕਿ ਅਗਰ ਭੁੱਖ ਲੱਗੇ ਤੋ ਆਪ ਫਰੂਟਸ ਖਾਓ, ਨਾ ਕਿ ਰਸਤੇ ਮੈਂ ਕਹੀਂ ਰੋਕ ਕੇ ਪੀਜ਼ਾ ਬਰਗਰ ਖਾਣਾ ਹੈ, ਇਹ ਖਾਓ ਜਾਂ ਬ੍ਰੈਡ ਪੀਨਟ ਬਟਰ ਲੈ ਸਕਦੇ ਹੋ, ਐਕਸਕਿਊਜ਼ ਨਹੀਂ ਦੇਣੇ ਹਮਨੇ। ਮੇਰੇ ਕੋਲ ਇੱਕ ਹੋਰ ਚੀਜ਼ ਵੀ ਹੈ ਖਾਣ ਨੂੰ, ਮੈਂ ਲੈ ਕੇ ਆਇਆ ਸੀ, ਇਹ ਮੇਰੇ ਕੋਲ, ਇਹ ਮਤਲਬ ਓਟਸ ਦੇ ਹੈ, ਇਹ ਕੁਕੀਜ਼ ਜਿਹੇ ਨੇ, ਇਹ ਵੀ ਵਧੀਆ ਨੇ, ਹੈਲਦੀ, ਇਹ ਵੀ ਖਾ ਸਕਦੇ ਹਾਂ। ਇਹਦੇ ਵਿੱਚ ਓਟਸ ਹੈ, ਸੀਡਸ, ਨਟਸ, ਹਨੀ, ਇਹ ਸਭ ਕੁਛ ਇਹਦੇ ਵਿੱਚ। But I'm so frustrated, hello to my loneliness, I guess that ignorance is bliss, take me back to before the new, rewind, take it out of cue, innocence can be a young man's game, signed up for the heart. ਹਿਸਾਰ ਆ ਗਿਆ ਜੀ, ਇੱਥੋਂ ਇਹ ਲੱਗਣੇ ਮੇਰੇ ਘਰ ਤੱਕ 2 ਘੰਟੇ,
ਹਿਸਾਰ ਤੋਂ ਬਾਅਦ ਆਉਣਾ ਹੈ ਫਤਿਹਾਬਾਦ ਰਤੀਆ, ਫਿਰ ਆਪਾਂ ਐਂਟਰ ਕਰ ਜਾਵਾਂਗੇ ਪੰਜਾਬ ਦੇ ਵਿੱਚ। ਪੰਜਾਬ 'ਚ ਪਹਿਲਾਂ ਬੋਹਾ, ਫਿਰ ਬੁਢਲਾਡਾ, ਫਿਰ ਮੇਰਾ ਪਿੰਡ। ਚਲੋ ਚੱਲਦੇ ਹਾਂ। ਹਾਈਵੇ ਤੋਂ ਉਤਰਨ ਦਾ ਟਾਈਮ ਆ ਗਿਆ। ਇਹ ਮੇਨ ਹਾਈਵੇ ਸੀ, ਬਹੁਤ ਵਧੀਆ ਹਾਈਵੇ ਸੀ। ਇੱਥੋਂ ਹੁਣ ਆਪਾਂ ਨੀਚੇ ਫਲਾਈਓਵਰ ਤੋਂ ਹੋ ਕੇ ਰਾਈਟ ਮੁੜਨਾ। ਇਹ ਸਿੱਧਾ ਜਾਂਦਾ ਇਹ ਹਾਈਵੇ ਬਠਿੰਡਾ ਡੱਬਵਾਲੀ, ਉੱਪਰ ਦੇਖੋ ਲਿਖਿਆ ਹੋਇਆ ਸਿੱਧਾ, ਜਿਨ੍ਹਾਂ ਨੇ ਬਠਿੰਡਾ ਜਾਣਾ ਡੱਬਵਾਲੀ ਸਿੱਧਾ ਜਾਣਾ। ਮੈਂ ਇੱਥੋਂ ਟਰਨ ਕਰਨਾ ਰਾਈਟ, ਨੀਚੇ ਉਤਰ ਕੇ ਲਓ ਜੀ ਆ ਗਏ ਛੋਟੇ ਰੋਡ ਤੇ। ਇਹ ਹੁਣ ਸਿੱਧਾ ਜਾਣਾ ਹੈ ਆਪਣਾ ਪੰਜਾਬ ਐਂਟਰ ਕਰਨਾ। ਇੱਥੋਂ ਆਊਗਾ ਪਹਿਲਾਂ ਫਤਿਹਾਬਾਦ ਰਤੀਆ, ਫਿਰ ਐਂਟਰ ਹੋਣਾ ਆਪਾਂ ਪੰਜਾਬ 'ਚ ਬਾਰਡਰ ਲਾਈਨ। ਆ ਗਿਆ ਜੀ ਹਰਿਆਣਾ ਬਾਰਡਰ, ਐਂਟਰ ਕਰ ਗਏ ਆਪਾਂ ਪੰਜਾਬ 'ਚ। ਇਹ ਸੀ ਲਾਸਟ ਪਿੰਡ ਹਰਿਆਣੇ ਦਾ, ਹੁਣ ਆ ਗਿਆ ਪੰਜਾਬ। ਇਸ ਤੋਂ ਬਾਅਦ ਆਉਣਾ ਹੈ ਬੋਹਾ। ਹੁਣ ਆਪਾਂ ਪੰਜਾਬ 'ਚ ਆ ਗਏ ਡਿਸਟ੍ਰਿਕਟ ਮਾਨਸਾ, ਜੋ ਕਿ ਮੇਰੀ ਡਿਸਟ੍ਰਿਕਟ ਹੈ। ਇੱਥੋਂ ਮੇਰਾ ਘਰ ਹੈ ਅੱਧਾ ਘੰਟਾ ਦੂਰ, ਹਰਿਆਣੇ ਤੋਂ ਮੇਰਾ ਘਰ ਅੱਧਾ ਘੰਟਾ ਦੂਰ ਹੈ। ਦੇਖੋ ਆਹ ਦੇਖੋ ਜੀ ਬੁਢਲਾਡਾ 18 ਕਿਲੋਮੀਟਰ, ਇਹ ਪੰਜਾਬ। ਬਸ ਹੁਣ ਇੱਥੋਂ ਮੈਂ ਅੱਧੇ ਘੰਟੇ ਤੱਕ ਆਪਣੇ ਘਰ ਪਹੁੰਚ ਜਾਣਾ। ਘਰ ਹੁਣ ਰਹੂੰਗਾ, ਕਾਫੀ ਟਾਈਮ ਰਹੂੰਗਾ, ਕਿਉਂਕਿ ਹੁਣ 2 ਮਹੀਨੇ ਕੋਈ ਕੰਪੀਟੀਸ਼ਨ ਨਹੀਂ ਹੈ, ਥੋੜ੍ਹਾ ਆਫ ਸੀਜ਼ਨ ਹੈ ਸ਼ੂਟਿੰਗ ਤੋਂ। ਅਤੇ ਹੁਣ ਪ੍ਰੋਪਰ ਘਰ ਰਹਿ ਕੇ ਵਰਕਆਊਟ ਕਰਾਂਗੇ, ਬੋਡੀ ਬਣਾਵਾਂਗੇ, ਸ਼ੂਟਿੰਗ ਕਰਾਂਗੇ, ਵਲੋਗਸ ਬਣਾਵਾਂਗੇ, ਥੋੜ੍ਹਾ ਹੁਣ ਰੈਗੂਲਰ ਰੱਖਾਂਗੇ ਵਲੋਗਸ ਨੂੰ। ਪਹੁੰਚਦੇ ਘਰ। ਗਾਇਸ ਪੰਜਾਬ 'ਚ ਐਂਟਰ ਹੁੰਦੇ ਹੀ ਪਤਾ ਚੱਲਿਆ ਕਿ ਅੱਗੇ ਧਰਨਾ ਲੱਗਿਆ ਹੋਇਆ ਹੈਗਾ ਬੋਹਾ ਕਿਸਾਨਾਂ ਦਾ, ਕਹਿੰਦੇ ਰੋਡ ਬਲੋਕ ਹੋ ਰਿਹਾ। ਲੈਟਸ ਚੈੱਕ ਇਟ ਆਊਟ ਕੀ ਬਣਦਾ, ਗੱਡੀ ਨਿਕਲਦੀ ਹੈ ਨਹੀਂ। ਵੈਸੇ ਇੱਕ ਦੋਸਤ ਨਾਲ ਗੱਲ ਹੋਈ ਹੈ, ਉਹ ਕਹਿੰਦਾ ਕੋਈ ਨਹੀਂ ਨਿਕਲ ਜੂਗੀ, ਕਹਿੰਦੇ ਹੁਣ ਹੀ ਲੱਗਿਆ, ਬਸ ਜਸਟ 5 ਮਿੰਟ ਪਹਿਲਾਂ ਹੀ ਲੱਗਿਆ ਧਰਨਾ। ਦੇਖਦੇ ਹਾਂ, ਬਸ ਆ ਹੀ ਗਿਆ। ਹੋਰ ਦੇਖੋ ਕੱਠ ਹੋ ਰੱਖਿਆ, ਕਿਸਮਤ ਬਹੁਤ ਚੰਗੀ ਆਈ ਮੇਰੀ। ਉਹ ਦੇਖੋ ਗੱਡੀਆਂ ਮੁੜ ਰਹੀਆਂ ਨੇਗੀਆਂ। ਹਲੋ ਜੀ, ਹੁਣ ਹੀ 5 ਮਿੰਟ ਪਹਿਲਾਂ ਹੋਇਆ ਕਹਿੰਦੇ ਧਰਨਾ। ਬਚ ਗਏ ਜੀ, ਹਜੇ ਚੰਗੀ ਤਰ੍ਹਾਂ ਬੈਠੇ ਨਹੀਂ ਸੀਗੇ, ਉਹ ਸਾਈਡ ਤੋਂ ਜਗ੍ਹਾ ਮਿਲ ਗਈ, ਥੋੜ੍ਹਾ ਘੁੰਮ ਕੇ ਆਉਣਾ ਪਿਆ, ਪਰ ਕ੍ਰੋਸ ਕਰ ਲਿਆ। ਹੁਣ ਸ਼ਾਇਦ ਜਮੀ ਨਹੀਂ
ਕ੍ਰੋਸ ਹੋ ਪਾਉਣਾ, ਬੰਦ ਕਰਨ ਲੱਗੇ ਰਸਤਾ ਪੱਕਾ ਹੀ ਉਹ। ਬਚ ਗਏ ਆਪਾਂ, ਹੁਣ ਪਹੁੰਚਦੇ ਘਰੇ, ਹੁਣ ਇੱਥੋਂ ਲੱਗਣੇ ਆ 25 ਮਿੰਟ ਘਰ ਦੇ। ਗਾਈਸ ਆ ਗਿਆ ਜੀ ਬੁਢਲਾਡਾ, ਦੇਖ ਕੇ ਕੀ ਚੱਕੀ ਫਿਰਦਾ ਹੈ। ਆ ਗਏ ਜੀ ਬੁਢਲਾਡਾ, ਆ ਗਿਆ ਇਹ ITI ਚੌਂਕ, ITI ਚੌਂਕ ਬੁਢਲਾਡਾ ਦੇਖ ਲਓ। ਇਹ ਹੈ ਜੀ ਪੰਜਾਬ, ਇੱਥੋਂ ਲੈਣਾ ਜੀ ਆਪਾਂ ਲੈਫਟ ਤੇ ਸਿੱਧਾ ਜਾ ਕੇ ਆ ਜਾਣਾ ਆਪਣਾ ਪਿੰਡ। ਚਲੋ ਜੀ ਇੱਥੋਂ ਬਸ ਇਹ ਰੋਡ ਤੋਂ ਸਿੱਧਾ 2-2.5 ਕਿਲੋਮੀਟਰ ਤੇ ਹੈ ਮੇਰਾ ਪਿੰਡ। ਸਵੇਰ ਦਾ ਟਰੈਵਲ, ਸਵੇਰ ਦਾ ਕਹਿ ਰਿਹਾ, ਕੱਲ ਰਾਤ ਦਾ ਟਰੈਵਲ ਕਰ ਰਿਹਾ ਜੀ ਮੈਂ। ਕਿੰਨੇ ਘੰਟੇ, 9 ਵਜੇ ਚੱਲਿਆ ਸੀ ਭੋਪਾਲ ਤੋਂ, ਸਵੇਰੇ ਪਹੁੰਚਿਆ। ਲਗਾਤਾਰ ਕਿੰਨਾ ਟਾਈਮ ਹੋ ਗਿਆ, 6.25 ਘੰਟੇ ਕਾਰ ਚਲਾਈ ਹੈ, 1 ਮਿੰਟ ਵੀ ਨਹੀਂ ਕਿਤੇ ਸਟੋਪ ਲਿਆ, ਮਤਲਬ ਸੀਟ ਤੋਂ ਉਤਰਿਆ ਨਹੀਂ, ਨੋਨ ਸਟੋਪ ਆਈ ਹੈ ਦਿੱਲੀ ਟੂ ਘਰ। ਨੋਨ ਸਟੋਪ ਹੁੰਦੀ ਹੈ ਨਾ ਜੋ ਟ੍ਰੇਨ, ਕਿਤੇ ਰੁਕਦੀ ਨਹੀਂ ਹੁੰਦੀ ਉਵੇਂ, ਇਹ ਸਾਡੀ ਉਹ ਹੈ ਬੰਦੇ ਭਾਰਤ ਟ੍ਰੇਨ ਡਾਇਰੈਕਟ ਦਿੱਲੀ ਟੂ ਘਰ। 5.5-6 ਘੰਟਿਆਂ 'ਚ ਪਹੁੰਚ ਗਏ ਬਿਨਾਂ ਕਿਤੇ ਰੁਕੇ। ਬਸ ਇੱਕ ਵਾਰੀ ਰੁਕ ਕੇ ਪੈਟਰੋਲ ਹੀ ਪਵਾਇਆ ਸੀ, ਹੋਰ ਕਿਤੇ ਨਹੀਂ ਮੈਂ ਰੁਕਿਆ। ਭੁੱਖ ਵੀ ਲੱਗ ਰੱਖੀ ਆ, ਹੁਣ ਤਾਂ ਘਰੇ ਜਾ ਕੇ ਕੁਛ ਖਾਵਾਂਗੇ। ਇਤਨਾ ਇਤਨਾ ਟਰੈਵਲ ਕਰਨਾ ਪੜਤਾ ਹੈ ਸ਼ੂਟਿੰਗ ਕੇ ਲੀਏ ਵੀ, ਸ਼ੂਟਿੰਗ ਕਰਨੀ ਆਸਾਨ ਨਹੀਂ, ਗੱਲ ਗੋਲੀ ਨਹੀਂ ਚਲਾਉਣੀ, ਇਹ ਸਭ ਵਿੱਚ ਮੈਂ ਇੰਕਲੂਡ ਹੁੰਦਾ ਹੈ, ਦਿਨੀ ਭਾਗਾ ਦੌੜੀ ਕਰਨੀ। ਲਓ ਜੀ ਆ ਗਿਆ ਆਪਣਾ ਘਰ, ਆ ਰਿਹਾ ਰਾਈਟ ਹੈਂਡ ਸਾਈਡ। ਐਲੀ ਆ ਗਈ, ਐਲੀ ਕੀ ਆ ਕੀ ਆ, ਬਸ 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 ਆਇਆ, ਇੱਧਰ ਆਇਆ, ਚੱਲ